ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਵੀਰਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਕਿ ਵਿਛੜ ਚੁੱਕੇ ਛੋਟੇ ਵੀਰ ਸੰਦੀਪ ਸਿੰਘ ਸਿੱਧੂ ਜਿਸਨੇ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਨਾਮ ਨਾ ਦੀਪ ਸਿੱਧੂ ਦੇ ਨਾਮ ਦੇ ਨਾਲ ਖੱਟਿਆ, ਪਰਿਵਾਰ ਦੇ ਵਿੱਚ ਉਸਨੂੰ ਛੋਟੇ ਨਾਮ ਸੋਨੂ ਦੇ ਨਾਮ ਦੇ ਨਾਲ ਮੁਖਾਤਿਬ ਕਰਿਆ ਜਾਂਦਾ ਸੀ। ਉਸਦੇ ਬਾਰੇ ਕੁਛ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ। ਇਹ ਗੱਲਾਂ ਸਾਂਝੀਆਂ ਕਰਨੀਆਂ ਜ਼ਰੂਰੀ ਨਹੀਂ, ਜਾਂ ਫਿਰ ਕੁਝ ਸਵਾਲ ਜਿਹੜੇ ਹਰ ਮਾਨਸਿਕਤਾ ਵਿੱਚ ਜਨਮ ਲੈਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਵੱਡਾ ਤੇ ਅਹਿਮ ਸਵਾਲ ਹੈ ਕਿ ਇੱਕ ਬਹੁਤ ਥੋੜੇ ਸਮੇਂ ਦੇ ਵਿੱਚ, ਤਕਰੀਬਨ ਸਵਾ ਕੁ ਸਾਲ ਦਾ ਸਮਾਂ, ਜਦੋਂ ਉਹ ਪੰਜਾਬ ਦੇ ਵਿੱਚ ਆਇਆ, ਇੱਕ ਥੋੜੇ ਸਮੇਂ ਦੇ ਵਿੱਚ ਉਹਦੀ ਬਹੁਤ ਜ਼ਿਆਦਾ ਵਿਰੋਧਤਾ ਹੋਈ, ਗਦਾਰ ਕਿਹਾ ਗਿਆ, RSS ਦਾ ਏਜੰਟ, ਭਾਜਪਾ ਦਾ ਏਜੰਟ, ਸਰਕਾਰ ਦੇ ਮੀਡੀਏ ਨੇ, ਮੇਨ ਸਟ੍ਰੀਮ ਮੀਡੀਏ ਨੇ, ਗੋਦੀ ਮੀਡੀਏ ਨੇ ਪੂਰੀ ਤਰ੍ਹਾਂ ਦੇ ਨਾਲ ਉਸਨੂੰ ਨਿਸ਼ਾਨਾ ਬਣਾਇਆ। ਇੰਨੀ ਜ਼ਿਆਦਾ ਵਿਰੋਧਤਾ ਦੇ ਬਾਵਜੂਦ ਐਸਾ ਕਿਹੜਾ ਗੁਣ ਜਾਂ ਐਸੀ ਕਿਹੜੀ ਖੂਬੀ ਸੀ ਕਿ ਨੌਜਵਾਨੀ ਨੇ ਬੜੇ ਵੱਡੇ ਪੱਧਰ ਦੇ ਉੱਪਰ ਮਾਨਸਿਕ ਤੌਰ 'ਤੇ ਉਸਨੂੰ ਆਪਣਾ ਆਗੂ ਸਵੀਕਾਰ ਕੀਤਾ? ਕੁਝ ਕਾਰਨ ਤਾਂ ਹੋਣਗੇ। ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਕੋਈ ਵੀ ਮਾਇਆ ਦੇਣ ਵਾਸਤੇ ਨਾ ਉੱਥੇ ਮੇਰੀ ਸਿਨੇਮਾ ਬੇਨਤੀ ਹੈ, ਜੇ ਸੁਣ ਸਕਦੇ ਹੋ ਤਾਂ ਬੈਠ ਕੇ ਸੁਣੋ, ਜੇ ਉਹਦੇ ਬਾਰੇ ਸੁਣਨਾ ਚਾਹੁੰਦੇ ਹੋ। ਪੁੱਛਣ ਦੇ ਨਾਲ ਹਿਲਜੁਲ ਪੈਦਾ ਹੁੰਦੀ ਹੈ ਅਤੇ ਮਾਇਆ ਦੇਣ ਵਾਸਤੇ ਕੋਈ ਨਾ ਉੱਠੇ। ਨੌਜਵਾਨੀ ਨੇ ਉਸਨੂੰ ਮਾਨਸਿਕ ਤੌਰ 'ਤੇ ਇੰਨੀ ਸਵੀਕ੍ਰਿਤੀ ਕਿਉਂ ਦਿੱਤੀ, ਇੰਨਾ ਸਵੀਕਾਰਿਆ ਕਿਉਂ? ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਸਾਰੇ ਲੀਡਰ ਨੇ ਅਤੇ ਬਹੁਤ ਸਾਰੇ ਲੀਡਰ ਗਾਹ ਵੀ ਪੈਦਾ ਹੋਣਗੇ, ਪਰ ਕੀ ਤੁਸੀਂ ਵੇਖਿਆ ਹੈ ਕਿ ਜਿਸ ਤਰ੍ਹਾਂ ਦੇ ਨਾਲ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਨੌਜਵਾਨਾਂ ਨੇ ਇੱਕ ਸਦਮੇ ਨੂੰ ਮਹਿਸੂਸ ਕੀਤਾ, ਜਿੰਨਾ ਉਸਨੂੰ ਪਿਆਰ ਦਿੱਤਾ ਉਹਦੇ ਵਿੱਚੋਂ ਕਿਹੜੀਆਂ ਖੂਬੀਆਂ ਹੋਣਗੀਆਂ? ਕਿਉਂਕਿ ਅਕਸਰ ਬਹੁਤ ਵੀਰ, ਬਹੁਤ ਭੈਣਾਂ ਉਹ ਨੇ ਜਿਹੜੇ ਉਸਨੂੰ ਕਦੀ ਮਿਲੇ ਨੇ, ਜਿਨ੍ਹਾਂ ਨੂੰ ਉਸਦਾ ਸਾਥ ਮਾਨਣ ਦਾ ਮੌਕਾ ਨਹੀਂ ਮਿਲਿਆ, ਜਿਹੜੇ ਉਸਦੇ ਬਾਰੇ ਨਹੀਂ ਜਾਣਦੇ। ਅਤੇ ਮੈਨੂੰ ਇੱਕ ਲੰਬਾ ਸਮਾਂ, ਇਹ ਨਹੀਂ ਜਦੋਂ ਉਹ ਪੰਜਾਬ ਦੇ ਵਿੱਚ ਆਇਆ, ਜਦੋਂ ਉਹ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਸੀ ਤਾਂ ਉਦੋਂ ਵੀ ਕਈ ਵਾਰੀ ਇਤਿਹਾਸ ਦੇ ਬਾਰੇ ਕੋਈ ਨਾ ਕੋਈ ਸਵਾਲ ਜ਼ਰੂਰ ਕਰਦਾ ਰਹਿੰਦਾ ਸੀ। ਹੁਣ ਸਭ ਤੋਂ ਵੱਡੀ ਗੱਲ, ਅਸੀਂ ਇਹਨਾਂ ਸਵਾਲਾਂ ਦੇ ਜਵਾਬਾਂ ਨੂੰ ਆਪਣੀ ਮਾਨਸਿਕਤਾ ਦੇ ਵਿੱਚੋਂ ਲੱਭਣ ਦਾ ਯਤਨ ਕਰਨਾ ਹੈ ਕਿ ਜੇ ਇੱਕ ਨੌਜਵਾਨ ਇੱਕ ਸਾਲ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਜਾਗਰੂਕ ਕਰਕੇ ਇੰਨੀ ਵੱਡੀ ਲਹਿਰ ਸਿਰਜ ਸਕਦਾ ਹੈ, ਇਹਦਾ ਮਤਲਬ ਕੀ ਹੈ ਕਿ ਸਾਡੇ ਅੰਦਰ ਲਹਿਰ ਸਿਰਜਣ ਦੀ ਕਾਬਲੀਅਤ ਪਈ ਹੈ, ਸਾਨੂੰ ਉਸਦੇ ਹਾਣ ਦਾ ਆਗੂ ਨਹੀਂ ਮਿਲ ਰਿਹਾ? ਹੁਣ ਇਸ ਸਵਾਲ ਦਾ ਜਵਾਬ ਅਸੀਂ ਲੱਭੀ। ਮੈਂ ਵੀ ਇਤਿਹਾਸਕਾਰ ਹਾਂ, ਬਹੁਤ ਪ੍ਰਚਾਰਕ, ਬਹੁਤ ਕੀਰਤਨੀ ਹੈ, ਬਹੁਤ ਸਾਡੇ ਕਥਾਵਾਚਕ ਸਾਹਿਬਾਨ, ਰੋਜ਼ ਧਰਮ ਦੀ, ਰਾਜ ਦੀ, ਰਾਜ ਸੱਤਾ ਦੀ, ਸਿਆਸਤ ਦੀ ਗੱਲ ਧਰਮ ਦੇ ਨਾਲ ਜੋੜ ਕੇ ਹਰ ਮੰਚ ਦੇ ਉੱਪਰੋਂ, ਹਰ ਸਟੇਜ ਦੇ ਉੱਪਰੋਂ ਕਰਦੇ ਨੇ। ਪਰ ਕੀ ਕਾਰਨ ਸੀ ਕਿ ਦੀਪ ਉਸੇ ਹੀ ਗੱਲ ਨੂੰ ਨੌਜਵਾਨੀ ਦੇ ਵਿੱਚ ਬੜੇ ਵੱਡੇ ਰੂਪ ਦੇ ਵਿੱਚ ਪ੍ਰਚਾਰਿਤ ਕਰ ਗਿਆ? ਇਹ ਵੀ ਇੱਕ ਸਵਾਲ ਹੈ ਕਿ ਕਿਸੇ ਪ੍ਰਚਾਰਕ ਨੂੰ, ਕਿਸੇ ਕਥਾਵਾਚਕ ਨੂੰ, ਕਿਸੇ ਮੇਰੇ ਵਰਗੇ ਲੈਕਚਰਾਰ ਨੂੰ ਇੰਨੀ ਵੱਡੀ ਪੱਧਰ ਦੇ ਉੱਪਰ ਨਾ ਸੁਣਿਆ ਗਿਆ, ਨਾ ਸੁਣਨ ਤੋਂ ਬਾਅਦ ਉਸ ਦੇ ਉੱਪਰ ਐਨਾਲਾਈਜ਼ ਕੀਤਾ ਗਿਆ ਅਤੇ ਨਾ ਉਸ ਦੀਆਂ ਗੱਲਾਂ ਨੂੰ ਮੰਨਿਆ ਗਿਆ? ਪਰ ਉਹ ਕਿਹੜੀ ਗੱਲ ਹੈ ਜਿਸ ਕਰਕੇ ਅੱਜ ਤੁਹਾਡੇ ਮਨਾਂ ਦੇ ਵਿੱਚ, ਤੁਸੀਂ ਗੁਰੂ ਦੀ ਹਜ਼ੂਰੀ 'ਚ ਬੈਠੇ ਹੋ, ਤੁਸੀਂ ਦੀਪ ਦੀ ਗੱਲ ਸੁਣਨਾ ਚਾਹੁੰਦੇ ਹੋ, ਉਹਦੇ 'ਚੋਂ ਕਿਹੜੀਆਂ ਖੂਬੀਆਂ ਹੋਣਗੀਆਂ? ਇੱਕ ਦਿਨ ਦੀ ਗੱਲ ਹੈ, ਮੈਂ ਅਤੇ ਸਰਦਾਰ ਅਜਮੇਰ ਸਿੰਘ
ਸਾਡੇ ਨਾਲ ਤਕਰੀਬਨ ਰਾਜਨੀਤੀ ਔਰ ਧਰਮ ਦੀ ਚਰਚਾ ਉਹ ਅਕਸਰ ਕਰਦਾ ਸੀ। ਹੁਣ ਉਸਦੇ ਜਾਣ ਤੋਂ ਬਾਅਦ ਅਸੀਂ ਇੱਕ ਮੰਚ ਦੇ ਉੱਪਰੋਂ ਉਹਦੇ ਬਾਰੇ ਹੀ ਕੁਛ ਗੱਲਾਂ ਕਰਕੇ ਉਤਰੇ। ਇੱਕ ਭੈਣ ਜੀ ਆਏ ਤੇ ਕਹਿੰਦੇ, ਮੈਂ ਚਾਹੁੰਦੀ ਹਾਂ ਮੇਰਾ ਬੱਚਾ ਵੀ ਦੀਪ ਸਿੱਧੂ ਬਣੇ, ਨਿਰਸੰਦੇਹ ਬਿਨਾਂ ਸ਼ੱਕ। ਅੱਜ ਪੰਜਾਬ ਦੀ ਹਰ ਮਾਂ ਇਹ ਚਾਹ ਰਹੀ ਹੈ। ਕਹਿੰਦੀ, ਮੈਂ ਚਾਹੁੰਦੀ ਹਾਂ ਕਿ ਸਾਡਾ ਬੱਚਾ ਵੀ ਦੀਪ ਸਿੱਧੂ ਬਣੇ। ਮੇਰਾ ਜਵਾਬ ਸੀ, ਨਹੀਂ ਬਣ ਸਕਦਾ। ਕਹਿੰਦੀ, ਕਿਉਂ? ਜਿੰਨਾ ਚਿਰ ਸਾਡਾ ਸ਼ਬਦ ਉਹਦੇ ਨਾਲ ਲੱਗਾ ਨਹੀਂ ਬਣ ਸਕਦਾ। ਸਾਡਾ ਪੰਜ ਤਾਂ ਛੱਡ ਕੇ ਆਇਆ ਸੀ, ਸਾਡੇ ਪੰਜ ਚ ਕੀ ਹੁੰਦਾ? ਮੇਰਾ ਬੱਚਾ ਇਹਦਾ ਨਾਂ ਹੋਵੇ, ਇਹ ਪਦਾਰਥਵਾਦੀ ਤੌਰ ਤੇ, ਮਟੀਰੀਅਲਿਸਟਿਕ ਤੌਰ ਤੇ, ਆਰਥਿਕ ਤੌਰ ਤੇ ਬੜਾ ਅਮੀਰ ਹੋਵੇ ਤੇ ਅਸੀਂ ਬੱਚੇ ਦੀ ਇਸ ਅਮੀਰੀ ਦਾ ਆਨੰਦ ਮਾਣੀਏ, ਸਾਡਾ ਨਿਸ਼ਾਨਾ ਤੇ ਹੀ ਹੁੰਦਾ। ਬੱਚੇ ਨੂੰ ਚੰਗੇ ਥਾਂ ਤੇ ਪੜ੍ਹਾਉਂਦੇ ਹਾਂ, ਬੱਚਾ ਚੰਗੀ ਨੌਕਰੀ ਕਰੇ, ਬੱਚਾ ਜਿਹੜਾ ਅਮੀਰੀ ਦਾ ਆਨੰਦ ਵੇਖੇ ਤੇ ਉਸ ਅਮੀਰੀ ਦੇ ਆਨੰਦ ਨੂੰ ਅਸੀਂ ਵੀ ਮਹਿਸੂਸ ਕਰੀਏ, ਇਹ ਹੁੰਦਾ ਸਾਡਾ ਪੰਜ। ਮੈਂ ਕਿਹਾ, ਜਿੰਨਾ ਚਿਰ ਤੁਹਾਡੇ ਨਾਲ ਇਹ ਸ਼ਬਦ ਨਾ ਸਾਡਾ ਬੱਚਾ ਦੀਪ ਸਿੱਧੂ ਬਣੇ, ਉਹਨਾਂ ਚਿਰ ਨਹੀਂ ਬਣ ਸਕਦਾ। ਦੀਪ ਸਿੱਧੂ ਉਹ ਬਣ ਸਕਦਾ ਜਿਹੜਾ ਸਾਡਾ ਪੰਜ ਛੱਡ ਕੇ ਆਵੇਗਾ। ਇਹ ਸਭ ਕੁਝ ਛੱਡ ਕੇ ਆ ਚੁੱਕਾ ਸੀ, ਔਰ ਇਹ ਨਹੀਂ ਹੈ ਕਿ ਇਹ ਸਿਰਫ ਉਹਦਾ ਇੱਕ ਫੈਸਲਾ ਸੀ, ਇਹ ਕੁਦਰਤ ਦੇ ਬਹੁਤ ਵੱਡੇ ਵਰਤਾਰਿਆਂ ਚੋਂ ਨਿਕਲ ਰਿਹਾ ਇੱਕ ਫੈਸਲਾ ਸੀ ਜਿਹੜਾ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ। ਕਿਵੇਂ ਵਿਚਾਰਨਾ ਹੈ ਤੁਸੀਂ? ਗੁਰੂ ਨਾਨਕ ਸਾਹਿਬ ਸੰਗਲਾ ਦੀਪ ਗਏ, ਜਿਸ ਨੂੰ ਅੱਜ ਸ਼੍ਰੀ ਲੰਕਾ ਕਿਹਾ ਜਾਂਦਾ ਹੈ। ਉੱਥੋਂ ਦਾ ਰਾਜਾ ਸ਼ਿਵਨਾਥ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਨ ਵਾਸਤੇ ਆਉਂਦਾ ਹੈ। ਲੰਬੇ ਸਮੇਂ ਦੀ ਉਸਦੀ ਇੱਕ ਰੀਝ ਸੀ, ਇੱਕ ਇੱਛਾ ਸੀ ਕਿ ਕਿਤੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋ ਜਾਵੇ। ਦੀਦਾਰ ਹੋਏ, ਰਾਜੇ ਦੇ ਮਨ ਦੀ ਇੱਛਾ ਪੂਰੀ ਹੋਵੇ ਕਿ ਜਿਸ ਨੂੰ ਵੇਖਣਾ ਚਾਹੁੰਦਾ, ਜਿਸ ਨੂੰ ਮਿਲਣਾ ਚਾਹੁੰਦਾ, ਜਿਸ ਦਾ ਕੀਰਤਨ ਸੁਣਨਾ ਚਾਹੁੰਦਾ, ਜਿਸ ਦੇ ਦੀਦਾਰ ਕਰਨਾ ਚਾਹੁੰਦਾ, ਜਿਸ ਦੇ ਚਰਨ ਪਰਸਣਾ ਚਾਹੁੰਦਾ, ਉਹ ਸ਼ਖਸੀਅਤ ਰਾਜੇ ਦੇ ਕੋਲ ਆਪ ਚੱਲ ਕੇ ਆ ਜਾਵੇ, ਰਾਜੇ ਦੀ ਖੁਸ਼ੀ ਕਿੰਨੀ ਹੋਵੇਗੀ, ਰਾਜਾ ਅੰਦਰੋਂ ਪ੍ਰਸੰਨ ਕਿੰਨਾ ਹੋਵੇਗਾ। ਉਹ ਆਪਣੀ ਪ੍ਰਸੰਨਤਾ ਦੇ ਇੱਕ ਆਲਮ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਪਾਤਸ਼ਾਹ ਸਭ ਕੁਛ ਤੁਹਾਡਾ, ਅੱਜ ਜਿਸ ਬਾਗ ਦੇ ਵਿੱਚ ਬੈਠੇ ਹੋ ਨਾ, ਇਹ ਵੀ ਮੇਰਾ ਸੀ, ਤੁਹਾਨੂੰ ਇਹ ਦੇ ਦਿਆਂ। ਜਿਸ ਤਬੇਲੇ ਦੇ ਵਿੱਚ, ਅਸਤਬਲ ਦੇ ਵਿੱਚ ਘੋੜੇ ਤੇ ਹਾਥੀ ਬੱਧੇ ਹੋਏ ਨੇ, ਉਹ ਵੀ ਮੇਰਾ ਹੈ। ਆਹ ਵੱਡੀ ਹਵੇਲੀ ਵੀ ਮੇਰੀ ਹੈ, ਆਹ ਮਹਿਲ ਵੀ ਮੇਰੇ ਨੇ, ਆਹ ਜ਼ਮੀਨ ਵੀ ਮੇਰੀ, ਆਹ ਖਜ਼ਾਨਾ ਵੀ ਮੇਰਾ, ਦੱਸੋ ਤੁਹਾਨੂੰ ਕੀ ਭੇਟ ਕਰਾਂ। ਤੇ ਮੇਰੇ ਗੁਰੂ ਨੇ ਪਤਾ ਕੀ ਕਿਹਾ ਸੀ? ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਆਹ ਜਿਹੜੀ ਮੈਂ ਲਾਈ ਹੈ ਨਾ, ਇਹ ਮੈਨੂੰ ਭੇਟਾ ਕਰ ਦੇ। ਆਹ ਸਾਡਾ ਪਦ ਛੱਡ ਦੇ, ਆਹ ਮੇਰਾ, ਇਹ ਮੇਰਾ ਹੈ। ਦਰਅਸਲ ਦੀਪ ਜਿਹੜਾ ਸੀ ਉਹ ਇਸ ਮੈਂ ਨੂੰ ਛੱਡ ਕੇ ਆਇਆ ਸੀ। ਮੈਂ ਗੱਲ ਦਾਅਵੇ ਨਾ ਕਹਿੰਦਾ, ਜਿਸ ਪੌਸ਼ ਲਾਈਫ ਨੂੰ, ਜਿਸ ਅਮੀਰ ਨੂੰ ਉਸਨੇ ਵੇਖਿਆ ਸੀ, ਅਸੀਂ ਮਹਿਸੂਸ ਵੀ ਨਹੀਂ ਕਰ ਸਕਦੇ, ਪਰ ਉਹ ਸਭ ਕੁਝ ਛੱਡ ਕੇ ਆ ਗਿਆ। ਕਿਉਂ? ਕਿਉਂਕਿ ਜੇ ਦੀਪ ਬਣਨਾ ਹੈ ਤਾਂ ਇੱਕ ਗੱਲ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਣੀ ਪਵੇਗੀ ਕਿ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਐਸੋ। ਨਹੀਂ ਤੇ ਉਹਦੀ ਜ਼ਿੰਦਗੀ ਦੇ ਵਿੱਚ ਸਿਆਸਤ ਦੇ ਦਰਵਾਜ਼ੇ ਵੀ ਖੁੱਲ੍ਹੇ ਹੋਏ ਸੀ, ਉਹ ਉੱਥੇ ਬੈਠ ਕੇ ਵੀ ਰਾਜਨੀਤੀ 'ਚ ਆ ਸਕਦਾ ਸੀ, ਉਹਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ। ਚੰਗੇ ਲੀਡਰਾਂ ਦੇ ਨਾਲ ਉਹਦੇ ਚੰਗੇ ਸੰਬੰਧ ਸੀ, ਵਿਦੇਸ਼ 'ਚੋਂ ਪੜ੍ਹ ਕੇ ਆਇਆ ਇੱਕ ਚੰਗਾ ਵਕੀਲ ਸੀ, ਇੱਕ ਸਫਲ ਅਦਾਕਾਰ ਸੀ। ਅਸੀਂ ਕਈ ਵਾਰੀ ਮਜ਼ਾਕ 'ਚ ਉਹਦੇ ਨਾਲ ਬਹਿ ਕੇ ਗੱਲ ਕਰਨੀ ਵੀ, ਯਾਰ ਜਿੰਨੀ ਤੇਰੀ ਗੱਡੀ ਦੀ ਸਾਲ ਦੀ ਇੰਸ਼ੋਰੈਂਸ ਜਾਂਦੀ ਹੈ ਨਾ, ਕੋਈ 10,42,000 ਰੁਪਈਆ ਗੱਡੀ ਦੀ ਸਾਲ ਦੀ ਇੰਸ਼ੋਰੈਂਸ, ਜਿਹੜੀ ਉਹਦੀ ਮਹਿੰਗੀ ਗੱਡੀ ਸੀ। ਅਤੇ ਕਈ ਵਾਰੀ ਸਾਡੇ ਦੋਸਤ ਉਹਦਾ ਮਜ਼ਾਕ 'ਚ ਕਹਿੰਦੇ ਹੁੰਦੇ ਸੀ ਕਿ 10 ਲੱਖ ਦੀ ਗੱਡੀ ਲੈ ਕੇ ਤਾਂ ਸਾਡੇ ਪੰਜਾਬ ਦੇ ਵਿੱਚ ਬੰਦਾ ਸਾਰੀ ਜ਼ਿੰਦਗੀ ਕੱਢ ਲੈਂਦਾ, ਅਤੇ 13 ਤਾਂ ਸਾਲ ਦੀ ਇੰਸ਼ੋਰੈਂਸ ਇੱਕ ਗੱਡੀ ਦੀ ਇੰਨੀ ਚੱਲਦੀ ਹੈ। ਇਸ ਅਮੀਰ ਨੂੰ ਵੇਖ ਕੇ ਆਇਆ ਸੀ। ਹੁਣ ਸਮੱਸਿਆ ਕਿੱਥੇ ਹੈ? ਹੁਣ ਇਸ ਸਵਾਲ ਦੇ ਜਵਾਬ ਵੱਲ ਆਈਏ ਕਿ ਸਾਡੀਆਂ ਗੱਲਾਂ ਨੂੰ ਨੌਜਵਾਨੀ ਨੇ ਇੰਨੀ ਸਵੀਕਾਰਤਾ ਕਿਉਂ ਨਹੀਂ ਦਿੱਤੀ, ਪਰ ਦੀਪ ਦੀ ਗੱਲ ਨੂੰ ਇਹ ਸਵੀਕਾਰਤਾ ਮਿਲੀ? ਉਹਦੇ ਪਿੱਛੇ ਕਾਰਨ ਕੀ ਹੈ ਕਿ ਜਿਹੜੀ ਗੱਲ ਮੈਂ ਕਰ ਰਿਹਾ, ਕਿਤੇ ਨਾ ਕਿਤੇ ਮੇਰਾ ਨਿਸ਼ਾਨਾ ਉਸ ਮਟੀਰੀਅਲਿਜ਼ਮ ਨੂੰ, ਉਸ ਪਦਾਰਥਵਾਦ ਦੇ ਆਨੰਦ ਨੂੰ ਵੇਖਣਾ, ਪਰ ਜਦੋਂ ਦੀਪ ਗੱਲ ਕਰ ਰਿਹਾ ਸੀ ਉਹ ਸਾਰੇ ਆਨੰਦ ਨੂੰ ਵੇਖ ਕੇ ਛੱਡ ਗਿਆ। ਕਹਿਣ ਤੋਂ ਭਾਵ
कि वह धर्म ते पंजाब दे वास्ते अपने धंधे नूं छड्ड के आ गया सी, असी पंजाब दे विच रहिंदे होए भी धर्म नूं धंधा बना के बैठे। एक अहम गल है जिसनूं समझना पवेगा। दूसरी गल, कुछ भी नवा नहीं सिरजिया गया, दीप ने कुछ नवा नहीं दिता, यह भी मान के चलो। जो दिता है ना वह गुरु साहब की विचारधारा तो उपर हो ही नहीं सकता। जो उसने कहा है वह सब कुछ गुरु ग्रंथ साहब महाराज के विच है। एक सौखे ते सहज शब्दों के विच अत सूखम वर्तारिया उसने नौजवानी के साझा किया। हुण यह वृतांत यह नरेटिव सिरजिया किवें जांदा है तुहाडे वास्ते समझना बहुत जरूरी है। पता नहीं जिंदगी दे केड़े मोड़ दे उपर किवें दा आगू सानू मिल जावे ते उस आगू दीयां खूबियां की हुंदियां ने यह सानू पता होना बहुत जरूरी है। सो पहली आगू की जिहड़ी खूबी हुंदी है वह हुंदी एक वरतांत नूं सिरजणा अपनी विचारधारा के अनुकूल। संत जरनैल सिंह होना ने एक वरतांत सिरजिया। सानू इंज लगता है कि वह शब्द संतां दे निरसंदेह वह शब्द संतां दे पर वह शब्द किस रोशनी दे विच ने, जिन्ना चिर उस रोशनी की समझ नहीं उन्ना चिर तक इस सारे वर्तारे को समझ नहीं रवेंगे। संत जरनैल सिंह की क्या करते सी? संत जरनैल सिंह कहिंदे सी कि शरीरक मौत नूं मैं मौत नहीं मानता, जमीर का मर जाना यकीनन मौत है। गल शरीर ते जमीर दी आ गई सी। हुण वह गल आ कित्थों रही सी ते किस चीज़ की व्याख्या सी? गुरदेव पातशाह ने पावन बाणी च कहा, जे जीवे पत लथी जाए सब हराम जीता किश खाए। जीण का संबंध शरीर के नाल है ते पत का संबंध जमीर के नाल है। जीवदा मनुख शरीर के नाल है, शरीर करके मैं हाँ, शरीर करके नहीं होवांगा। पर जेकर मेरी कही गल याद रखी जानी है ते उहदा संबंध शरीर के नाल है, उहदा संबंध जमीर के नाल है। जे किसी मौके लिया गया मेरा स्टैंड या मेरा फैसला तुसीं याद रखना है तो वह फैसला मैं जमीर करके लिया, शरीर करके नहीं लिया। सो यही गल सी। इस गल नूं जे जीवे पत लथी जाए सब हराम जीता किश खाए, इस नूं सखैन रूप दे विच सहज रूप दे विच संत जरनैल सिंह ने जमीर दे शरीर दे कॉन्टैक्स्ट दे विच पेश कर दिता। नौजवानी ने अपने मोटरसाइकलों के अपन गड्डिया अपने ट्रैक्टरों के उपर शब्द संत जरनैल सिंह की तस्वीर के नाल लिखा लिया कि शरीरक मौत को मैं मौत नहीं मानता, जमीर का मर जाना यकीनन मौत है। हुण अगली गल, जिहड़ा दीप ने मुहावरा सिरजिया वह भी मुहावरा कोई वक्खरा नहीं है उस मुहावरे को। वह मुहावरा यह सी कि जंग केवल फसल की नहीं है तुहाडी नसल की है, जंग केवल कणक की नहीं है गल अणख की है, जिहड़ी जंग है वह तुहाडी होंद की है। जदों संत जरनैल सिंह ने यह गल कही हालात होर सन, अज जदों यह गल तुहाडे सामने होण दी गल आई ते हालात बदल चुके। अज जियो पोलिटिकल सिस्टम, अज कोई देश किसी देश के उपर जमीन ते कब्जा करन दे वास्ते हमला नहीं करता। अज हर देश जेकर दूजे देश नूं अपने अधीन करता तो उहदे स्रोतां दे करके करता, फिर उहदे कोल साधन किहड़े ने, उहदे कोल आर्थिकता की है, उहदे कोल तेल किन्ना, उहदे कोल सोना किन्ना, उहदे कोल टैक्नोलॉजी किन्नी है ते उहदे कोल हथियार किवें दे। अज आर्थिक स्रोतां ते कब्जा किया जाता है। किसान संघर्ष दे विच की होया? तुसीं सारे ने महसूस किया कि हमला साडे स्रोतां दे उपर हो रहा, तुहाडे अंदर उस अणख ने जन्म लिया। हमला तो कणक ते हो रहा सी, जिन्ने भी ये तीन किसानी विरोधी कानून सन, चाहे वह कारपोरेट कॉन्ट्रैक्ट फार्मिंग की गल सी या फिर कमर्स एंड ट्रेड की गल सी या फिर एसेंशियल अकोमोडिटी अमेंडमेंट एक्ट की गल सी, ये जिन्हें तीन कानून सन, कितने ना कितने असी महसूस किया कि कणक का तो नाम है ये जिहड़ा हमला है साडी अणख के उपर हो रहा है। जदों तुसी उस हमले में जमीर के विचों पछाणिया तो तुसी क्या नहीं ये जंग लड़नी पवेगी, सानू सरकार दे नाल दो हथ करने पैणगे, तुसी कीते तुसी सरकार नूं मंगा रहे हो।
पर अगली गल सी कि जिन्ना चिर होंद नहीं है, जिसनों बार बार दीप सिद्धू कहता सी पातशाही दावा, क्लेम ऑन थ्रोन, राज सी सत्ता दे उपर अपने दावे नूं कायम रखना, वह गल की सी? जिन्ना चिर तक तुसी उस पातशाही दावे नूं कायम नहीं रखते, तुसी बहुत लंबा समा तक अपनी इस होंद नूं बचा नहीं सकते। जिन्ना चिर तक तुहाडे कोल राज सी सत्ता नहीं, उन्ना चिर तक सरकार दे हाथ दे विच ने। सरकार ने एक वारी बिल बनाए, एक वारी वापस लै ले, कल नूं फिर बना देणगे। जिन्ना चिर तुहाडे कोल कोई अधिकार नहीं है, अधिकार दे वास्ते शरीर ते जमीर नूं समझना बहुत जरूरी है। मैं इतिहास दे विचों तुहानूं एक प्रमाण दिंदा, जमीर ना होवे शरीरां दी गिणती दी कोई अहमियत नहीं। तुसी इस नूं चमकौर दी जंग दे विच गुरु गोबिंद सिंह महाराज दे कहे शब्द चों समझ लो, जां फिर इतिहास दीआं घटनावां चों समझ लो। गुरु गोबिंद सिंह महाराज औरंगजेब नूं की कहिंदे ने, गर सिन्हा के कारे कुनद चिह नर बादै लख बर आयत परो बेखबर। औरंगजेब साढ़े चाली ने, भुखे प्यासे ने, थके हुए ने, तेरी लखां दे विच है, पर इधर गल जमीर दी है, उधर गिणती शरीर दी। ਇਹ ਫਰਕ ਹੈ। ਸਰੀਰਾਂ ਦੀ ਗਿਣਤੀ ਜਿੰਨੀ ਮਰਜ਼ੀ ਵੱਧ ਜਾਵੇ, ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ। ਜਿਸ ਵੇਲੇ ਹਰੀ ਸਿੰਘ ਨਲੂਏ ਨੇ ਕਸ਼ਮੀਰ ਦੇ ਇਲਾਕੇ 'ਤੇ ਕਬਜ਼ਾ ਕੀਤਾ, ਬੋਈ ਦਾ ਇਲਾਕਾ ਉਸਨੂੰ ਕਿਹਾ ਜਾਂਦਾ, ਅਜੇ ਵੀ ਤੁਹਾਨੂੰ ਕਿਤੇ ਕਸ਼ਮੀਰ ਜਾਣ ਦਾ ਮੌਕਾ ਮਿਲੇ, ਅਤੇ ਮੁਜ਼ੱਫਰਾਬਾਦ ਅਤੇ ਟੰਗਾਮੁੱਲਾ ਦੇ ਕੋਲ ਕੋਲ ਦਾ ਇਲਾਕਾ ਹੈ, ਕੁਛ ਪਾਕਿਸਤਾਨ ਵਾਲੇ ਪਾਸੇ ਹੈ, ਕੁਛ ਸਾਡੇ ਪਾਸੇ ਹੈ, ਉਸਨੂੰ ਬੋਈ ਦਾ ਇਲਾਕਾ ਕਿਹਾ ਜਾਂਦਾ। ਬੋਈ ਦੇ ਜਿਹੜੇ ਪਠਾਣ ਨੇ ਅਕਸਰ ਬਦਮਾਸ਼ੀ ਦੇ ਨਾਲ ਹਿੰਦੂ ਪਰਿਵਾਰਾਂ ਦੀਆਂ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ। ਹਰੀ ਸਿੰਘ ਨਲੂਆ ਜਦੋਂ ਉੱਥੇ ਪਹੁੰਚਿਆ, ਇੱਕ ਪਰਿਵਾਰ ਆ ਕੇ ਰੋਂਦਾ, ਕਹਿੰਦਾ ਕਿ ਅਸੀਂ ਵਿਆਹ ਕੇ ਆਪਣੀ ਨੂੰਹ ਨੂੰ ਬਹੂ ਨੂੰ ਲੈ ਕੇ ਆ ਰਹੇ ਸੀ ਅਤੇ ਸਾਡਾ ਡੋਲਾ ਜਿਹੜਾ ਪਠਾਣਾਂ ਨੇ ਲੁੱਟ ਲਿਆ। ਉੱਥੇ ਹਰੀ ਸਿੰਘ ਦਾ ਸਵਾਲ ਬੜਾ ਅਹਿਮ ਹੈ, ਕਹਿੰਦਾ ਕਿੰਨੇ ਪਠਾਣ ਸੀ ਜਿਨ੍ਹਾਂ ਨੇ ਤੁਹਾਡੀ ਬੱਚੀ ਦਾ ਡੋਲਾ ਲੁੱਟਿਆ? ਕਹਿੰਦਾ ਪੰਜ ਪਠਾਣ। ਅਤੇ ਕਹਿੰਦਾ ਤੁਸੀਂ ਬਰਾਤ ਦੇ ਵਿੱਚ ਕਿੰਨੇ ਸੀ? ਕਹਿੰਦਾ 40-50। ਉਹ ਕਹਿੰਦਾ 40-50 ਇਹਨਾਂ ਮੂਰਤੀਆਂ ਤੋਂ, ਇਹਨਾਂ ਸਰੀਰਾਂ ਤੋਂ ਕੀ ਲੈਣਾ ਜੇ ਇਹਨਾਂ ਦੇ ਅੰਦਰ ਜ਼ਮੀਰਾਂ ਹੀ ਨਹੀਂ। ਸੋ ਗੱਲ ਜਦੋਂ ਤੱਕ ਜ਼ਮੀਰ ਅਤੇ ਸਰੀਰ ਦੀ ਨੂੰ ਅਸੀਂ ਨਹੀਂ ਸਮਝਦੇ, ਉਹਨਾਂ ਚਿਰ ਤੱਕ ਤੁਸੀਂ ਹੋਰ ਦੀ ਜਿਹੜੀ ਜੰਗ ਹੈ ਉਸ ਨੂੰ ਲੜ ਨਹੀਂ ਸਕਦੇ। ਇਸ ਗੱਲ ਨੂੰ ਸਮਝਣਾ ਪਵੇਗਾ। ਉਸ ਤੋਂ ਜਿਹੜੀ ਅਗਲੀ ਗੱਲ ਹੈ, ਦੀਪ ਦੇ ਵਿੱਚ ਇੱਕ ਖੂਬੀ ਕੀ ਸੀ? ਉਹ ਸੀ ਇਨਸਿਕਿਓਰ ਹੋਣ ਦੀ ਭਾਵਨਾ ਉਹਦੇ ਅੰਦਰ ਹੈ ਹੀ ਨਹੀਂ ਸੀ। ਉਹ ਬੇਬਾਕੀ ਨਾਲ ਫੈਸਲੇ ਲੈਂਦਾ ਸੀ। ਇਹ ਨਹੀਂ ਹੈ ਕਿ ਉਹ ਡਿਸੀਜ਼ਨ ਮੇਕਿੰਗ ਤੋਂ ਪਹਿਲਾਂ ਸੋਚਦਾ ਨਹੀਂ ਸੀ, ਉਹ ਲਾਪਰਵਾਹ ਨਹੀਂ ਸੀ, ਉਹ ਬੇਪਰਵਾਹ ਸੀ। ਉਹ ਜਦੋਂ ਫੈਸਲਾ ਲੈ ਲੈਂਦਾ ਸੀ, ਫੈਸਲੇ ਤੱਕ ਪਰਵਾਹ ਕਰਦਾ ਸੀ, ਲਾਪਰਵਾਹ ਨਹੀਂ ਸੀ। ਪਰ ਜਦੋਂ ਉਹ ਕੋਈ ਡਿਸੀਜ਼ਨ ਲੈ ਲੈਂਦਾ ਸੀ, ਫਿਰ ਉਹਦੇ ਬਾਰੇ ਉਹ ਬੇਪਰਵਾਹ ਸੀ, ਫਿਰ ਉਹਦੇ ਅੰਦਰ ਭੈ ਨਹੀਂ ਸੀ। ਇਹ ਉਹਦੀ ਇੱਕ ਖੂਬੀ ਸੀ।